ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ 50 ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆਂ ਦੀ ਸਭ ਤੋਂ ਮਹਿੰਗੀ ਅਤੇ ਰਹੱਸਮਈ ਪੇਂਟਿੰਗ ਮੋਨਾਲੀਸਾ ਬਾਰੇ। ਅਤੇ ਇਹ 500 ਸਾਲ ਪਹਿਲਾਂ ਦਾਵਿੰਚੀ ਵੱਲੋਂ ਬਣਾਈ ਗਈ ਪੇਂਟਿੰਗ ਜਿਸ ਵਿੱਚ ਸਭ ਤੋਂ ਜ਼ਿਆਦਾ ਰਾਜ ਲੁਕੇ ਹੋਏ ਨੇ, ਅਤੇ ਇਸ ਬਾਰੇ ਹੀ ਅੱਜ ਆਪਾਂ ਚੰਗੀ ਤਰ੍ਹਾਂ ਗੱਲ ਕਰਾਂਗੇ। ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 1852 ਵਿੱਚ ਮੋਨਾਲੀਸਾ ਦੀ ਸੁੰਦਰਤਾ ਕਾਰਨ ਇੱਕ ਇਨਸਾਨ ਨੇ ਖੁਦਕੁਸ਼ੀ ਕਰ ਲਈ ਸੀ। ਅਤੇ ਬਹੁਤ ਸਾਰੇ ਵਿਗਿਆਨੀ ਮੰਨਦੇ ਨੇ ਕਿ ਮੋਨਾਲੀਸਾ ਦੀ ਮੁਸਕਾਨ ਅਲੱਗ ਅਲੱਗ ਦਿਸ਼ਾ ਤੋਂ ਅਲੱਗ ਅਲੱਗ ਦਿਸਦੀ ਹੈ, ਪਰ ਇੱਕ ਡਾਕਟਰ ਨੇ ਦੱਸਿਆ ਸੀ ਕਿ ਅਸਲ ਵਿੱਚ ਮੋਨਾਲੀਸਾ ਦੀ ਮੁਸਕਾਨ ਆਦਮੀ ਦੇ ਦਿਮਾਗ 'ਤੇ ਨਿਰਭਰ ਕਰਦੀ ਹੈ, ਅਤੇ ਜਿਵੇਂ ਤੁਸੀਂ ਉਸਦੇ ਚਿਹਰੇ ਨੂੰ ਦੇਖਣਾ ਚਾਹੁੰਦੇ ਹੋ ਉਵੇਂ ਹੀ ਉਹ ਦਿਖੇਗਾ। ਅਤੇ 1503 ਤੋਂ ਲੈ ਕੇ 1517 ਤੱਕ ਦਾਵਿੰਚੀ ਇਸ ਪੇਂਟਿੰਗ 'ਤੇ ਕੰਮ ਕਰਦੇ ਰਹੇ ਅਤੇ ਪੂਰੇ 12 ਸਾਲ ਮੋਨਾਲੀਸਾ ਦੇ ਬੁੱਲ ਬਣਾਉਣ 'ਤੇ ਲੱਗੇ। ਅਤੇ ਇਹੀ ਕਾਰਨ ਹੈ ਕਿ ਉਹਨਾਂ ਦੇ ਬੁੱਲ ਹੱਸ ਵੀ ਰਹੇ ਨੇ, ਰੋ ਵੀ ਰਹੇ ਨੇ, ਗੁੱਸਾ ਵੀ ਨੇ, ਅਤੇ ਜਿਵੇਂ ਤੁਸੀਂ ਆਪਣੇ ਦਿਮਾਗ ਵਿੱਚ ਸੋਚਦੇ ਹੋ ਉਸੇ ਤਰ੍ਹਾਂ ਤੁਹਾਨੂੰ ਦਿਖਾਈ ਦੇਣਗੇ। ਸੋ ਅੱਗੇ ਵਧਣ ਤੋਂ ਪਹਿਲਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਅਤੇ ਜਿਵੇਂ ਕਿ ਆਪਾਂ ਨੇ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਇਸ ਪੇਂਟਿੰਗ ਨੂੰ ਚੋਰੀ ਕਰ ਲਿਆ ਗਿਆ ਸੀ ਅਤੇ ਇਸ ਦਾ ਇਲਜ਼ਾਮ ਪਾਬਲੋ ਪਿਕਾਸੋ 'ਤੇ ਲੱਗਿਆ ਸੀ ਜੋ ਕਿ ਇੱਕ ਬਹੁਤ ਮਹਾਨ ਪੇਂਟਰ ਸੀ। ਅਤੇ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਇਸ ਨੂੰ ਪੈਰਿਸ ਦੇ ਮਿਊਜ਼ੀਅਮ ਵਿੱਚ ਕੰਮ ਕਰਨ ਵਾਲੇ ਹੀ ਇੱਕ ਕਰਮਚਾਰੀ ਨੇ ਚੁੱਕਿਆ ਸੀ ਅਤੇ ਉਸ ਨੇ 21 ਅਗਸਤ 1911 ਨੂੰ ਇਹ ਪੇਂਟਿੰਗ ਚੋਰੀ ਕੀਤੀ ਸੀ। ਅਤੇ ਉਸ ਨੇ ਇਹ ਪੇਂਟਿੰਗ ਇਸ ਕਰਕੇ ਚੋਰੀ ਕੀਤੀ ਸੀ ਕਿਉਂਕਿ ਉਹ ਮੰਨਦਾ ਸੀ ਕਿ ਇਸ ਪੇਂਟਿੰਗ 'ਤੇ ਇਟਲੀ ਦਾ ਹੱਕ ਹੈ, ਕਿਉਂਕਿ ਦਾਵਿੰਚੀ ਇਸ ਨੂੰ ਬਣਾਉਣ ਵਾਲਾ ਇਟਲੀ ਦਾ ਰਹਿਣ ਵਾਲਾ ਸੀ ਅਤੇ ਇਸ ਕਰਕੇ ਇਸ ਨੂੰ ਇਟਲੀ ਦੇ ਮਿਊਜ਼ੀਅਮ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ, ਨਾ ਕਿ ਪੈਰਿਸ ਦੇ ਮਿਊਜ਼ੀਅਮ ਵਿੱਚ। ਅਤੇ ਇਸ ਚੋਰੀ ਤੋਂ ਬਾਅਦ 2 ਸਾਲ ਤੱਕ ਇਹ ਪੇਂਟਿੰਗ ਗਾਇਬ ਰਹੀ ਅਤੇ 2 ਸਾਲ ਬਾਅਦ ਉਸ ਨੂੰ ਇਹ ਪੇਂਟਿੰਗ ਇਟਲੀ ਵਿੱਚ ਵੇਚਦੇ ਹੋਏ ਫੜ ਲਿਆ ਗਿਆ ਅਤੇ ਜਿਸ ਕਾਰਨ ਉਸ ਨੂੰ 6 ਮਹੀਨੇ ਦੀ ਜੇਲ੍ਹ ਹੋਈ, ਪਰ ਇਟਲੀ ਨੇ ਉਸ ਦਾ ਸਨਮਾਨ ਕੀਤਾ। ਤੇ ਅੱਜ ਤੱਕ ਕਿਸੇ ਨੂੰ ਠੋਸ ਸਬੂਤ ਨਹੀਂ ਮਿਲੇ ਕਿ ਮੋਨਾਲੀਸਾ ਹੈ ਕੌਣ ਸੀ, ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਦਾਵਿੰਚੀ ਦੀ ਹੀ ਤਸਵੀਰ ਸੀ ਜੋ ਕਿ ਉਸਨੇ ਔਰਤ ਦੇ ਰੂਪ ਵਿੱਚ ਬਣਾਈ ਹੈ। ਤੇ ਬਹੁਤ ਲੋਕ ਇਹ ਵੀ ਕਹਿੰਦੇ ਨੇ ਕਿ ਦਾਵਿੰਚੀ ਨੇ ਆਪਣੀ ਮਾਂ ਦੀ ਤਸਵੀਰ ਇਸ ਵਿੱਚ ਬਣਾਈ ਸੀ ਤੇ ਕੁਝ ਕਹਿੰਦੇ ਨੇ ਕਿ ਇਹ ਇੱਕ ਉਸ ਸਮੇਂ ਦੇ ਵਪਾਰੀ ਦੀ ਪਤਨੀ ਦੀ ਤਸਵੀਰ ਸੀ ਤੇ ਜਦੋਂ ਉਸ ਵਪਾਰੀ ਤੋਂ ਦਾਵਿੰਚੀ ਦੀ ਫੀਸ ਨਹੀਂ ਦਿੱਤੀ ਗਈ ਤਾਂ ਦਾਵਿੰਚੀ ਨੇ ਇਸ ਪੇਂਟਿੰਗ ਨੂੰ ਆਪਣੇ ਨਾਲ ਹੀ ਰੱਖ ਲਿਆ। ਤੇ ਜਦੋਂ ਵਿਗਿਆਨੀਆਂ ਨੇ ਇਸ ਪੇਂਟਿੰਗ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਸ ਨੂੰ 1 ਤੋਂ ਉੱਪਰ 1 3 ਵਾਰ ਬਣਾਇਆ ਗਿਆ ਹੈ, ਮਤਲਬ ਪਹਿਲਾਂ ਕਿਸੇ ਹੋਰ ਦੀ ਤਸਵੀਰ ਤੇ ਉਸ ਉੱਪਰ ਕਿਸੇ ਹੋਰ ਦੀ ਤਸਵੀਰ, ਜੋ ਕਿ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਤੇ ਇਸ ਖੂਬਸੂਰਤ ਪੇਂਟਿੰਗ 'ਤੇ ਬਹੁਤ ਵਾਰ ਹਮਲਾ ਵੀ ਕੀਤਾ ਗਿਆ। 1956 ਵਿੱਚ ਟੂਰਿਸਟ ਨੇ ਇਸ 'ਤੇ ਪੱਥਰ ਮਾਰਿਆ ਸੀ ਅਤੇ ਇੱਕ ਵਿਅਕਤੀ ਨੇ ਇਸ 'ਤੇ ਐਸਿਡ ਵੀ ਗੇਰਿਆ ਸੀ, ਜਿਸ ਨੂੰ ਦੇਖਦੇ ਹੋਏ ਇਸ ਨੂੰ ਬੁਲਟ ਪਰੂਫ ਸ਼ੀਸ਼ੇ ਦੇ ਅੰਦਰ ਰੱਖਿਆ ਗਿਆ। ਤੇ ਜੇਕਰ ਅਸੀਂ ਦੇਖੀਏ ਕਿ ਦਾਵਿੰਚੀ ਇੱਕ ਵਧੀਆ ਰਾਈਟਰ ਸੀ, ਪਰ ਫਿਰ ਵੀ ਉਸਨੇ ਮੋਨਾਲੀਸਾ ਬਾਰੇ ਕਿਤੇ ਵੀ ਕੁਝ ਨਹੀਂ ਲਿਖਿਆ, ਜਦਕਿ ਆਪਣੀਆਂ ਬਾਕੀ ਪੇਂਟਿੰਗਾਂ ਬਾਰੇ ਉਸਨੇ ਲਿਖਿਆ ਹੈ, ਤੇ ਜੋ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ। ਤੇ ਇਹ ਪੇਂਟਿੰਗ ਅਸਲ ਵਿੱਚ ਬਹੁਤ ਛੋਟੀ ਹੈ ਤੇ ਇਹ 30x21 ਇੰਚ ਦੀ ਹੈ ਤੇ ਇਸ ਦਾ ਵਜ਼ਨ ਸਿਰਫ 8 ਕਿਲੋ ਹੈ। ਤੇ ਇਹ ਪੇਂਟਿੰਗ ਕਾਗਜ਼ 'ਤੇ ਨਹੀਂ ਬਣਾਈ ਗਈ, ਇਹ ਪਾਪੂਲਰ ਦੀ ਲੱਕੜੀ 'ਤੇ ਬਣਾਈ ਗਈ ਹੈ ਤੇ ਇਸ ਨੂੰ ਇੰਨੀ ਬਾਰੀਕੀ ਦੇ ਨਾਲ ਬਣਾਇਆ ਗਿਆ ਕਿ ਇਸ 'ਤੇ ਬ੍ਰਸ਼ ਦਾ ਨਿਸ਼ਾਨ ਵੀ ਨਹੀਂ ਦਿਖਦਾ। ਤੇ ਜੇ ਤੁਸੀਂ ਇਹ ਤਸਵੀਰ ਨੂੰ ਧਿਆਨ ਨਾਲ ਦੇਖਦੇ ਹੋ ਤਾਂ ਤੁਹਾਨੂੰ ਕੁਝ ਅਧੂਰਾ ਲੱਗੇਗਾ। ਤੇ ਉਹ ਹੈਗੇ ਨੇ ਮੋਨਾਲੀਸਾ ਦੇ ਆਈਬ੍ਰੋ। ਤੇ ਆਮ ਤੌਰ 'ਤੇ ਦੇਖਣ ਵਿੱਚ ਮੋਨਾਲੀਸਾ ਦੇ ਆਈਬ੍ਰੋ ਨਹੀਂ ਦਿਖਦੇ ਤੇ ਇਹ ਵੀ ਕਿਹਾ ਜਾਂਦਾ ਕਿ ਦਾਵਿੰਚੀ ਨੇ ਮੋਨਾਲੀਸਾ ਦੇ ਆਈਬ੍ਰੋ ਬਣਾਏ ਹੀ ਨਹੀਂ।
ਪਰ ਜੇਕਰ ਅਸੀਂ ਸੋਚੀਏ ਕਿ ਦਾਵਿੰਚੀ ਨੇ ਅਜਿਹਾ ਕਿਉਂ ਕੀਤਾ, ਪਰ ਇਹ ਸੋਚਣ ਦੀ ਲੋੜ ਨਹੀਂ ਕਿਉਂਕਿ ਦਾਵਿੰਚੀ ਨੇ ਆਈਬ੍ਰੋ ਬਣਾਈਆਂ ਸੀ, ਪਰ ਸਮੇਂ ਦੇ ਨਾਲ ਨਾਲ ਇਹ ਫਿੱਕੀਆਂ ਪੈਂਦੀਆਂ ਗਈਆਂ। ਤੇ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਦਾਵਿੰਚੀ ਨੇ ਇਸ ਪੇਂਟਿੰਗ ਵਿੱਚ ਏਲੀਅਨ ਵੀ ਬਣਾਏ ਨੇ। ਇੱਕ ਇਨਸਾਨ ਨੇ ਦੱਸਿਆ ਸੀ ਕਿ ਮੋਨਾਲੀਸਾ ਦੀ ਪੇਂਟਿੰਗ ਨੂੰ ਜੇਕਰ ਸ਼ੀਸ਼ੇ ਨਾਲ ਜੋੜ ਕੇ ਦੇਖੋਗੇ ਤਾਂ ਏਲੀਅਨ ਦਿਖੇਗਾ, ਜਿਵੇਂ ਤੁਸੀਂ ਸਕਰੀਨ ਵਿੱਚ ਦੇਖ ਸਕਦੇ ਹੋ। ਤੇ ਇਸ ਵਿੱਚ ਇਟਾਲੀਅਨ ਭਾਸ਼ਾ ਵਿੱਚ ਕੁਝ ਲਿਖਿਆ ਗਿਆ ਹੈ ਤੇ ਜਿਹਦਾ ਪੰਜਾਬੀ ਵਿੱਚ ਮਤਲਬ ਇਹ ਹੈ ਕਿ ਉੱਤਰ ਇੱਥੇ ਹੈ ਤੇ ਉੱਤਰ ਕੀ ਹੈ ਇਹ ਕੋਈ ਨਹੀਂ ਜਾਣਦਾ। ਤੇ ਮੋਨਾਲੀਸਾ ਦਾ ਇਟਾਲੀਅਨ ਭਾਸ਼ਾ ਵਿੱਚ ਅਰਥ ਹੈ ਮਾਈ ਲੇਡੀ। ਤੇ ਤੁਹਾਨੂੰ ਦੱਸ ਦਈਏ ਕਿ ਜਿਸ ਮਿਊਜ਼ੀਅਮ ਵਿੱਚ ਇਸ ਪੇਂਟਿੰਗ ਨੂੰ ਰੱਖਿਆ ਗਿਆ ਹੈ ਉਸ ਵਿੱਚ 35,000 ਹੋਰ ਪੇਂਟਿੰਗਾਂ ਨੇ, ਪਰ ਜ਼ਿਆਦਾਤਰ ਲੋਕ ਇਸ ਨੂੰ ਹੀ ਦੇਖਣ ਆਉਂਦੇ ਨੇ ਤੇ ਦੇਖ ਕੇ ਚਲੇ ਜਾਂਦੇ ਨੇ। ਤੇ ਜਦਕਿ ਉਹ ਪੇਂਟਿੰਗਾਂ ਇਸ ਤੋਂ ਵੀ ਵਾਹ ਕਮਾਲ ਨੇ ਤੇ ਜਿੱਥੇ ਇਹ ਪੇਂਟਿੰਗ ਰੱਖੀ ਗਈ ਹੈ ਉਸ ਵਿੱਚ 50 ਕਰੋੜ ਰੁਪਏ ਖਰਚ ਕਰਕੇ ਇੱਕ ਖਾਸ ਤਰ੍ਹਾਂ ਦਾ ਕਮਰਾ ਬਣਾਇਆ ਗਿਆ ਹੈ ਤਾਂ ਜੋ ਇਸ ਪੇਂਟਿੰਗ ਨੂੰ ਨੁਕਸਾਨ ਨਾ ਪਹੁੰਚੇ। ਤੇ ਜਦੋਂ ਇਸ ਪੇਂਟਿੰਗ ਨੂੰ ਮੈਕਰੋਸਕੋਪ ਨਾਲ ਦੇਖਿਆ ਗਿਆ ਤਾਂ ਇਸ ਦੀ ਰਾਈਟ ਅੱਖ ਦੇ ਵਿੱਚ LD ਲਿਖਿਆ ਹੋਇਆ ਦਿਖਾਈ ਦਿੱਤਾ, ਜਿਸ ਦਾ ਮਤਲਬ ਹੋ ਸਕਦਾ ਹੈ ਲਿਨਾਰਡੋ ਦਾ ਵਿੰਚੀ। ਗਿਨੀਜ਼ ਵਰਲਡ ਰਿਕਾਰਡ ਦੇ ਹਿਸਾਬ ਨਾਲ ਮੋਨਾਲੀਸਾ ਦੀ ਪੇਂਟਿੰਗ ਦੁਨੀਆ ਦੀ ਸਭ ਤੋਂ ਮਹਿੰਗੀ ਪੇਂਟਿੰਗ ਹੈ। 1962 ਵਿੱਚ ਇਸ ਦੀ ਕੀਮਤ 100 ਮਿਲੀਅਨ ਦੇ ਨੇੜੇ ਤੇੜੇ ਸੀ ਤੇ 2019 ਦੇ ਵਿੱਚ ਇਹ 700 ਮਿਲੀਅਨ ਦੇ ਨੇੜੇ ਤੇੜੇ ਹੈ, ਪਰ ਫਰੈਂਚ ਹੈਰੀਟੇਜ ਲਾਅ ਦੇ ਹਿਸਾਬ ਨਾਲ ਇਸ ਨੂੰ ਵੇਚਿਆ ਖਰੀਦਿਆ ਨਹੀਂ ਜਾ ਸਕਦਾ ਕਿਉਂਕਿ ਹੁਣ ਇਹ ਪਬਲਿਕ ਲਈ ਹੈ। ਤੇ 1519 ਵਿੱਚ ਦਾਵਿੰਚੀ ਦੀ ਮੌਤ ਤੋਂ ਬਾਅਦ ਇਹ ਪੇਂਟਿੰਗ ਰਾਜਿਆਂ ਦੀ ਪ੍ਰਾਈਵੇਟ ਕਲੈਕਸ਼ਨ ਬਣ ਗਈ ਸੀ, ਮਤਲਬ ਰਾਜੇ ਇਸ ਨੂੰ ਬੋਲੀ ਲਗਾ ਕੇ ਆਪਸ ਵਿੱਚ ਖਰੀਦ ਦੇ ਵੇਚਦੇ ਰਹਿੰਦੇ ਸੀ। ਤੇ ਫ੍ਰੈਂਚ ਕ੍ਰਾਂਤੀ ਤੋਂ ਬਾਅਦ ਇਸ ਨੂੰ ਪੈਰਿਸ ਦੇ ਲੂ ਮਿਊਜ਼ੀਅਮ ਵਿੱਚ ਰੱਖ ਦਿੱਤਾ ਗਿਆ ਤੇ ਇਹ ਪੇਂਟਿੰਗ ਨੈਪੋਲੀਅਨ ਨੂੰ ਇੰਨੀ ਜ਼ਿਆਦਾ ਪਸੰਦ ਆਈ ਸੀ ਕਿ ਕੁਝ ਸਮੇਂ ਲਈ ਉਸ ਨੇ ਇਸ ਨੂੰ ਆਪਣੇ ਰੂਮ ਵਿੱਚ ਲਵਾ ਦਿੱਤਾ ਸੀ। ਤੇ ਜਿਸ ਰੂਮ ਵਿੱਚ ਮੋਨਾਲੀਸਾ ਦੀ ਪੇਂਟਿੰਗ ਲਗਾਈ ਗਈ ਹੈ ਉਸ ਰੂਮ ਵਿੱਚ ਹੀ ਬਿਲਕੁਲ ਆਪੋਜ਼ਿਟ ਸਾਈਡ ਤੇ ਇੱਕ ਹੋਰ ਤਸਵੀਰ ਲਗਾਈ ਗਈ ਹੈ ਜੋ ਕਿ ਇਸ ਤਸਵੀਰ ਨਾਲੋਂ ਬਹੁਤ ਹੀ ਜ਼ਿਆਦਾ ਵੱਡੀ ਹੈ ਤੇ ਬਹੁਤ ਹੀ ਜ਼ਿਆਦਾ ਸੁੰਦਰ ਹੈ, ਜਿਸ ਦਾ ਨਾਮ ਹੈ ਦਾ ਵੈਡਿੰਗ ਫੀਸਟ ਐਟ ਕੈਨਾ। ਤੇ ਇਸ ਨੂੰ ਇਟਲੀ ਦੇ ਹੀ ਇੱਕ ਪੇਂਟਰ ਪਾਲੋ ਬੀਰੋਨੈਸੋ ਨੇ 1963 ਵਿੱਚ ਬਣਾਇਆ ਸੀ। ਤੇ ਇਹ ਪੇਂਟਿੰਗ ਇੰਨੀ ਖੂਬਸੂਰਤ ਬਣਾਈ ਗਈ ਹੈ ਕਿ ਇਹਦੀ ਤਾਰੀਫ ਲਈ ਸ਼ਬਦ ਘੱਟ ਪੈ ਜਾਣਗੇ, ਪਰ ਇਹ ਪੇਂਟਿੰਗ ਇੰਨੀ ਫੇਮਸ ਨਹੀਂ ਹੈ ਤੇ ਨਾ ਹੀ ਇਸ ਨੂੰ ਬਣਾਉਣ ਵਾਲਾ ਕੋਈ ਜ਼ਿਆਦਾ ਫੇਮਸ ਸੀ ਤੇ ਇਸ ਕਾਰਨ ਲੋਕ ਇਸ ਨੂੰ ਦੇਖਣ ਵਿੱਚ ਇੰਟਰਸਟ ਨਹੀਂ ਲੈਂਦੇ। ਤੇ ਹੁਣ ਗੱਲ ਕਰਦੇ ਹਾਂ ਮੋਨਾਲੀਸਾ ਦੀ ਪੇਂਟਿੰਗ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਮਸ਼ਹੂਰ ਪੇਂਟਿੰਗ ਹੈ ਉਸ ਦਾ ਨਾਮ ਹੈ ਦਾ ਲਾਸਟ ਸਫ਼ਰ। ਤੇ ਇਹ ਪੇਂਟਿੰਗ ਦੁਨੀਆ ਦੀ ਸਭ ਤੋਂ ਜ਼ਿਆਦਾ ਸਟੱਡੀ ਕੀਤੀ ਜਾਣ ਵਾਲੀ ਪੇਂਟਿੰਗ ਹੈ ਕਿਉਂਕਿ ਇਸ ਨੂੰ ਵੀ ਦਾਵਿੰਚੀ ਨੇ ਹੀ ਬਣਾਇਆ ਸੀ। ਤੇ ਇਹ ਪੇਂਟਿੰਗ ਕਿਸੇ ਮਿਊਜ਼ੀਅਮ ਵਿੱਚ ਨਹੀਂ ਰੱਖੀ ਗਈ ਬਲਕਿ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਇਸ ਦਾ ਇੱਕ ਪਰਸਨਲ ਘਰ ਬਣਿਆ ਹੋਇਆ ਹੈ ਕਿਉਂਕਿ ਇਹ ਉੱਥੋਂ ਦੀ ਇੱਕ ਚਰਚ ਦੀ ਦੀਵਾਰ ਤੇ ਬਣਾਈ ਗਈ ਹੈ। ਤੇ ਲਾਸਟ ਸਫ਼ਰ ਦਾ ਮਤਲਬ ਇਹ ਆ ਕਿ ਅੰਤਿਮ ਭੋਜਨ। ਤੇ ਇਹ ਪੇਂਟਿੰਗ ਵਿੱਚ ਦਾਵਿੰਚੀ ਨੇ ਜੀਜਸ ਨੂੰ ਸੂਲੀ ਦੇਣ ਤੋਂ ਪਹਿਲਾਂ ਆਪਣੇ 12 ਖਾਸ ਬੰਦਿਆਂ ਦੇ ਨਾਲ ਆਖਰੀ ਭੋਜਨ ਕਰਦੇ ਹੋਏ ਦਿਖਾਇਆ ਤੇ ਇਹ ਚੀਜ਼ ਦਾ ਸਭ ਨੂੰ ਹੀ ਪਤਾ ਸੀ ਕਿ ਇਹ ਉਸ ਵਕਤ ਜੀਜਸ ਦਾ ਲਾਸਟ ਭੋਜਨ ਸੀ ਜਿਸ ਨੂੰ ਪੇਂਟਿੰਗ ਦੇ ਵਿੱਚ ਦਿਖਾਇਆ ਗਿਆ ਹੈ, ਪਰ ਅਸਲ ਵਿੱਚ ਦਾਵਿੰਚੀ ਉਸ ਪਲ ਨੂੰ ਕੈਦ ਕਰਨਾ ਚਾਹੁੰਦਾ ਸੀ ਜਿਸ ਵਕਤ ਜੀਜਸ ਨੇ ਇਹ ਸ਼ਬਦ ਬੋਲੇ ਸੀ, ਤੁਹਾਡੇ ਵਿੱਚੋਂ ਕੋਈ ਇੱਕ ਮੇਰੇ ਨਾਲ ਧੋਖਾ ਕਰੇਗਾ। ਤੇ ਇਹ ਸੁਣ ਕੇ ਸਾਰੇ ਜਣੇ ਹੈਰਾਨ ਹੋ ਜਾਂਦੇ ਨੇ, ਮੰਨੋ ਜਿਵੇਂ ਕਿ ਹਰ ਇੱਕ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਇਹੀ ਪਲ ਨੂੰ ਦਾਵਿੰਚੀ ਨੇ ਕੈਦ ਕੀਤਾ ਸੀ। ਤੇ ਦਾਵਿੰਚੀ ਨੇ ਇਹ ਦਿਖਾਇਆ ਸੀ ਕਿ ਜੀਜਸ ਦੇ ਇੱਕ ਬੋਲ ਨਾਲ ਸਾਰਿਆਂ ਤੇ ਕਿੰਨਾ ਅਸਰ ਹੋਇਆ ਸੀ ਤੇ ਦਾਵਿੰਚੀ ਨੇ ਸਭ ਦੇ ਇਮੋਸ਼ਨਸ ਇਸ ਪੇਂਟਿੰਗ ਦੇ ਵਿੱਚ ਪੂਰੀ ਤਰ੍ਹਾਂ ਪਾ ਦਿੱਤੇ ਸੀ। ਤੇ ਬਾਈਬਲ ਦੇ ਹਿਸਾਬ ਨਾਲ ਇਸ ਪੇਂਟਿੰਗ ਵਿੱਚ ਜਦੋਂ ਜੀਜਸ ਨੇ ਇਹ ਬੋਲਿਆ ਸੀ ਕਿ ਤੁਹਾਡੇ ਵਿੱਚੋਂ ਕੋਈ ਇੱਕ ਮੇਰੇ
ਨਾਲ ਧੋਖਾ ਕਰੇਗਾ। ਤਾਂ ਉਹਨਾਂ ਦੇ ਕਹਿਣ ਤੋਂ ਬਾਅਦ ਫਲਿਪ ਨੇ ਕਿਹਾ ਕਿ ਉਹ ਇਨਸਾਨ ਮੈਂ ਹਾਂ ਅਤੇ ਇਸੇ ਤਰ੍ਹਾਂ ਦਾ ਵਿੰਚੀ ਨੇ ਉਸ ਨੂੰ ਦਿਖਾਇਆ ਵੀ ਹੈ। ਅਤੇ ਜਿਸ ਤੋਂ ਬਾਅਦ ਜੀਜਸ ਭਵਿੱਖਬਾਣੀ ਕਰਦੇ ਨੇ ਕਿ ਉਹ ਧੋਖੇਬਾਜ਼ ਉਹਨਾਂ ਦੇ ਨਾਲ ਹੀ ਇਹ ਬ੍ਰੈਡ ਨੂੰ ਚੱਕੇਗਾ। ਅਤੇ ਇਹ ਕਹਿਣ ਤੋਂ ਬਾਅਦ ਆਪਾਂ ਪੇਂਟਿੰਗ ਦੇ ਵਿੱਚ ਸਾਫ਼ ਦੇਖ ਸਕਦੇ ਹਾਂ ਜੋ ਉਹਨਾਂ ਦੇ ਸਾਥ ਬੈਠਾ ਹੈ ਜੇਮਸ ਦਾ ਗ੍ਰੇਟਰ, ਉਹ ਡਰ ਦੇ ਮਾਰੇ ਆਪਣੇ ਹੱਥ ਬ੍ਰੈਡ ਤੋਂ ਪਿੱਛੇ ਖਿੱਚ ਰਿਹਾ ਹੈ। ਅਤੇ ਇਹ ਸਮੇਂ ਜਦੋਂ ਉਹ ਬੋਲ ਰਹੇ ਸੀ ਉਸ ਸਮੇਂ ਯੂਡਿਸ ਦਾ ਧਿਆਨ ਭਟਕ ਜਾਂਦਾ ਹੈ, ਉਹ ਵੀ ਪੀਟਰ ਤੇ ਜੌਨ ਦੀਆਂ ਗੱਲਾਂ ਦੇ ਕਾਰਨ। ਉਸ ਨੂੰ ਕੁਝ ਸੁਣਾਈ ਨਹੀਂ ਦਿੰਦਾ ਤੇ ਉਹ ਆਪਣਾ ਹੱਥ ਬ੍ਰੈਡ ਵੱਲ ਵਧਾਉਂਦਾ ਹੈ। ਤੇ ਉਹੀ ਵਕਤ ਜੀਜਸ ਵੀ ਆਪਣਾ ਹੱਥ ਬ੍ਰੈਡ ਵੱਲ ਵਧਾਉਂਦੇ ਨੇ, ਤੇ ਜਿਵੇਂ ਆਪਾਂ ਪੇਂਟਿੰਗ ਦੇ ਵਿੱਚ ਸਾਫ਼ ਦੇਖ ਸਕਦੇ ਹਾਂ। ਤੇ ਤੁਹਾਨੂੰ ਦੱਸ ਦਈਏ ਕਿ ਯੂਡਿਸ ਹੀ ਉਹ ਇਨਸਾਨ ਸੀ ਜਿਸ ਨੇ ਜੀਜਸ ਦੇ ਨਾਲ ਧੋਖਾ ਕੀਤਾ ਸੀ ਤੇ ਰੋਮਨਾ ਤੋਂ ਉਹਨਾਂ ਨੂੰ ਫੜਾਇਆ ਸੀ। ਤੇ ਕਮਾਲ ਦੀ ਗੱਲ ਹੈ ਕਿ ਪੇਂਟਿੰਗ ਦੇ ਵਿੱਚ ਦਾਵਿੰਚੀ ਨੇ ਸਾਰੇ ਦ੍ਰਿਸ਼ਾਂ ਨੂੰ ਬੜੇ ਕਮਾਲ ਦੇ ਨਾਲ ਦਿਖਾਇਆ ਹੈ। ਤੇ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਪੇਂਟਿੰਗ ਦੇ ਵਿੱਚ ਇਕੱਲਾ ਯੂਡਿਸ ਹੀ ਅਜਿਹਾ ਵਿਅਕਤੀ ਹੈ ਜਿਸ ਨੂੰ ਦਾਵਿੰਚੀ ਨੇ ਡਾਰਕ ਸਕਿਨ ਦਾ ਬਣਾਇਆ ਹੈ। ਤੇ ਉਸ ਦੇ ਰਾਈਟ ਹੈਂਡ ਵਿੱਚ ਪੈਸਿਆਂ ਦੀ ਫੜੀ ਹੋਈ ਇੱਕ ਥੈਲੀ ਵੀ ਹੈ ਜੋ ਉਸ ਨੂੰ ਪੇਮੈਂਟ ਮਿਲੀ ਸੀ ਜੀਜਸ ਨਾਲ ਧੋਖਾ ਕਰਨ ਦੀ। ਤੇ ਅਜਿਹਾ ਕਿਹਾ ਜਾਂਦਾ ਹੈ ਕਿ ਜਦੋਂ ਯੂਡਿਸ ਨੂੰ ਬਣਾਉਣ ਦਾ ਟਾਈਮ ਆਇਆ ਸੀ ਤਾਂ ਦਾਵਿੰਚੀ ਮਿਲਾਨ ਸ਼ਹਿਰ ਦੀਆਂ ਜੇਲ੍ਹਾਂ ਦੇ ਵਿੱਚ ਗਏ ਤੇ ਉਹਨਾਂ ਨੇ ਅਜਿਹਾ ਕੈਦੀ ਲੱਭਿਆ ਜੋ ਵਾਕਈ ਹੀ ਇੱਕ ਦੂਸ਼ਿਤ ਇਨਸਾਨ ਦਿਖਾਈ ਦਿੰਦਾ ਹੋਵੇ। ਤੇ ਜਦੋਂ ਉਹਨਾਂ ਨੂੰ ਉਹ ਵਿਅਕਤੀ ਮਿਲਿਆ ਤਾਂ ਉਸ ਦਾ ਚਿਹਰਾ ਹੀ ਉਹਨਾਂ ਨੇ ਯੂਡਿਸ ਦਾ ਬਣਾਇਆ ਸੀ। ਤੇ ਤੁਹਾਨੂੰ ਦੱਸ ਦਈਏ ਕਿ ਇਹ ਪੇਂਟਿੰਗ 180 ਇੰਚ ਬਾਏ 350 ਇੰਚ ਹੈ ਤੇ ਇਸ ਨੇ ਪੂਰੀ ਦੀਵਾਰ ਦੇ ਚਾਰੇ ਕੋਨਿਆਂ ਨੂੰ ਕਵਰ ਕੀਤਾ ਹੋਇਆ ਹੈ। ਤੇ ਅੱਗੇ ਗੱਲ ਕਰਦੇ ਹਾਂ ਸਵਰੀਨਾ ਸਫਰੋਜਾ, ਇੱਕ ਇਟਾਲੀਅਨ ਆਰਟ ਐਕਸਪਰਟ ਨੇ, ਤੇ 2010 ਵਿੱਚ ਉਹਨਾਂ ਨੇ ਇਸ ਪੇਂਟਿੰਗ ਦੇ ਰਹੱਸਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਇਸ ਪੇਂਟਿੰਗ ਵਿੱਚ ਕੁਝ ਮੈਥਮੈਟੀਕਲ ਸੰਕੇਤਾਂ ਨੂੰ ਦੇਖਿਆ ਸੀ ਤੇ ਉਹਨਾਂ ਨੇ ਦੱਸਿਆ ਕਿ ਦਾਵਿੰਚੀ ਨੇ ਇਸ ਪੇਂਟਿੰਗ ਵਿੱਚ ਦੁਨੀਆਂ ਦੇ ਅੰਤ ਦਾ ਇੱਕ ਮੈਸੇਜ ਦਿੱਤਾ ਹੈ। ਸਵਰੀਨਾ ਦੇ ਅਨੁਸਾਰ ਦਾਵਿੰਚੀ ਨੇ ਇਸ ਪੇਂਟਿੰਗ ਵਿੱਚ ਅਜਿਹਾ ਸੰਕੇਤ ਦਿੱਤਾ ਹੈ ਕਿ ਸੰਨ 4006 ਦੇ ਵਿੱਚ ਦੁਨੀਆਂ ਦਾ ਅੰਤ ਹੋਵੇਗਾ ਤੇ 1692 ਦੇ ਵਿੱਚ ਇਹੀ ਦੀਵਾਰ ਨੂੰ ਥੱਲੇ ਤੋਂ ਤੋੜ ਕੇ ਉੱਥੇ ਦਰਵਾਜ਼ਾ ਬਣਾ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਫੇਰ ਉਸ ਨੂੰ ਭਰ ਕੇ ਉੱਥੇ ਦੀਵਾਰ ਬਣਾ ਦਿੱਤੀ। ਪਰ ਇਹ ਦਰਵਾਜ਼ਾ ਬਣਾਉਣ ਕਾਰਨ ਇਹ ਪੇਂਟਿੰਗ ਨੁਕਸਾਨੀ ਗਈ ਤੇ ਇਹ ਪੇਂਟਿੰਗ ਦੀਆਂ 3 ਹੋਰ ਕਾਪੀਆਂ ਨੇ ਜੋ ਦਾਵਿੰਚੀ ਦੇ ਹੀ ਸਟੂਡੈਂਟਸ ਦੁਆਰਾ ਬਣਾਈਆਂ ਗਈਆਂ ਨੇ ਤੇ ਇੱਕ ਰਾਇਲ ਅਕੈਡਮੀ ਆਫ ਆਰਟ ਲੰਡਨ ਦੇ ਵਿੱਚ ਰੱਖੀ ਗਈ ਹੈ। ਪਰ ਜੋ ਹੁਣ ਪੇਂਟਿੰਗ ਉਸ ਚਰਚ ਵਿੱਚ ਬਣੀ ਹੋਈ ਆ ਉਸ ਵਿੱਚ ਕੁਝ ਕੁ ਹਿੱਸਾ ਹੀ ਦਾਵਿੰਚੀ ਦਾ ਬਣਾਇਆ ਹੋਇਆ ਰਹਿ ਗਿਆ ਕਿਉਂਕਿ ਇਹ ਪੇਂਟਿੰਗ ਇਨਵਾਇਰਮੈਂਟ ਦੇ ਸਮੇਂ ਦੇ ਹਿਸਾਬ ਨਾਲ ਖਰਾਬ ਹੁੰਦੀ ਗਈ ਤੇ ਇਸ ਨੂੰ 1498 ਤੋਂ ਲੈ ਕੇ 1999 ਤੱਕ 7 ਵਾਰੀ ਰੀਸਟੋਰ ਕਰ ਦਿੱਤਾ ਗਿਆ ਹੈ। ਤੇ ਇਸ ਤਰ੍ਹਾਂ ਦਾਵਿੰਚੀ ਦੇ ਬਣਾਏ ਹੋਏ ਦੂਜੇ ਮਾਸਟਰਪੀਸ ਦਾ ਅੱਜ ਕੁਝ ਹੀ ਹਿੱਸਾ ਸਹੀ ਬਚਿਆ। ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਹਰ ਇੱਕ ਜਗ੍ਹਾ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਛੋਟੇ ਬੱਚੇ ਤੋਂ ਲੈ ਕੇ ਵੱਡੇ ਇਨਸਾਨ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਿਕਟੌਕ ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।